कचहरियां च मेले लगदे। भाई शांति दा माहौल बना के रखो। जित साहब शांति दा माहौल ते शांति बना सकती है। ओए तू चुप करके खड़ जा शांति ना, नहीं तो मैं क्रांति ना रल के तेरे चपेड़ा जड़ देनी है। बकवास करता रहिंदा। जित साहब जे तुहाडी इजाजत होए तो मैं तेजी जी तो कुछ होर सवाल पूछना चाहांगा। पूछो। तेजी जी एक गल का जवाब दियो, मज तुसी आप लियांदी तुहाडे कोल आ भी गई उसके बावजूद तुसी इन्हां दा लोन की किस्तां देनियां बंद करतियां, कि मैं जान सकता क्यों? मेरी मज ने दुध देना बंद करता। तो उहदे च इन्हां दी की गलती है? इन्हां दी किस्तां दा टाइम ते भर दो। नहीं भाई चाचा मैं सीधी दी गल करदा, जदों कोई बंदा गड्डी लैंदा लोन ते जे बाई चांस उहदे कोल किस्तां नहीं भरियां जांदियां ते लोन वाले जिहड़े हुंदे उह गड्डी चक के लै जांदे आ, तुसी मेरी मज चक के लै जाओ, गल खतम। जज साहब मैं अपने मुवक्किल दे नाल बिल्कुल सहमत हाँ। खोसला जी जे तुहाडा लोन नहीं चुकता कर रहे तो तुसी इहनां दी मज लै जाओ, केस सॉल्व। ਤੁਸੀਂ ਕਿੱਥੇ ਜਾ ਰਹੇ ਹੋ ਜੱਜ ਸਾਹਿਬ? ਨਹੀਂ ਮੈਂਡੀ ਜੀ ਤੁਸੀਂ ਡਿਸਰਵ ਕਰਦੇ ਹੋ, ਤੁਸੀਂ ਇੱਥੇ ਬੈਠਿਆ ਕਰੋ। ਓ ਸੋ ਸਵੀਟ ਆਫ ਯੂ ਜੱਜ ਸਾਹਿਬ, ਬਟ ਉੱਥੇ ਤੱਕ ਆਉਣ ਨੂੰ ਅਜੇ ਬਹੁਤ ਟਾਈਮ ਹੈ। ਵੈਸੇ ਮੈਂ ਕੇਸ ਸੋਲਵ ਨਹੀਂ ਸੀ ਕਰ ਰਹੀ, ਮੈਂ ਤਾਂ ਇਹ ਕਹਿ ਰਹੀ ਸੀ ਕਿ ਇਹਦੇ ਵਿੱਚ ਮੇਰੇ ਮੁਵੱਕਿਲ ਦੀ ਕੋਈ ਗਲਤੀ ਨਹੀਂ ਹੈ ਜੱਜ ਸਾਹਿਬ। ਪਰ ਜੱਜ ਸਾਹਿਬ ਮੈਨੂੰ ਇਹ ਦੱਸੋ ਕਿ ਮੈਂ ਮੱਝ ਲਿਜਾ ਕੇ ਕਰਾਂਗਾ ਕੀ? ਯਾਰ ਇਹ ਤੂੰ ਜਾ ਕੇ ਮੱਝ ਨੂੰ ਪੁੱਛ। ਜੱਜ ਸਾਹਿਬ ਮੱਝ ਬੋਲ ਕੀ ਰਹੀ ਹੈ ਇਹ ਕਿੱਦਾਂ ਪਤਾ ਚੱਲੂਗਾ? ਮੈਨੂੰ ਪੁੱਛ ਲਓ, ਮੈਂ ਘਰ ਵਾਲੀ ਨਾਲੋਂ ਜ਼ਿਆਦਾ ਜੱਜ ਸਾਹਿਬ ਮੱਝਾਂ ਦੇ ਨਾਲ ਰਿਹਾ, ਉਹਨਾਂ ਦੀ ਗੱਲ ਸਮਝ ਆਉਂਦਾ, ਮੈਂ ਤੁਹਾਨੂੰ ਦੱਸ ਦੂੰਗਾ। ਜੱਜ ਸਾਹਿਬ ਮੇਰੇ ਮੁਵੱਕਿਲ ਨੂੰ ਮੱਝ ਲੈ ਕੇ ਜਾਣ ਦਾ ਫਾਇਦਾ ਕੀ ਹੈ? ਜੱਜ ਸਾਹਿਬ ਫਾਇਦੇ ਦਾ ਤਾਂ ਮੈਨੂੰ ਪਤਾ ਨਹੀਂ, ਪਰ ਜਿਹੜੀ ਮੱਝ ਹੈਗੀ ਆ ਉਹਨੂੰ ਜਿੰਦਾ ਰੱਖਣ ਵਾਸਤੇ 12 ਲੀਟਰ ਦੁੱਧ ਰੋਜ਼ ਪਿਲਾਉਣਾ ਪੈਂਦਾ। ਆਰਡਰ ਆਰਡਰ। ਦੇਖੋ ਜੱਜ ਸਾਹਿਬ ਪਹਿਲਾਂ ਮੈਂ ਮੱਝ ਲੈਣ ਵਾਸਤੇ ਲੋਨ ਲਿੱਤਾ, ਹੁਣ ਉਹਨੂੰ ਮੈਂ ਜਿੰਦਾ ਰੱਖਣ ਵਾਸਤੇ ਵੱਖਰਾ ਲੋਨ ਲਵਾਂ? ਇੰਨਾ ਲੋਨ ਨਹੀਂ ਲਿੱਤਾ ਜਾਣਾ ਮੇਰੇ ਤੋਂ। ਜੱਜ ਸਾਹਿਬ ਨੁਕਸਾਨ ਮੇਰੇ ਮੁਵੱਕਿਲ ਦਾ ਵੀ ਹੋਇਆ ਹੈ, ਖੋਸਲਾ ਜੀ ਤੁਸੀਂ ਮੱਝ ਲੈ ਜਾਓ। ਜੱਜ ਸਾਹਿਬ ਵਾਧਾ ਘਾਟਾ ਤਾਂ ਚੱਲਦਾ ਹੀ ਰਹਿੰਦਾ, ਜੇ ਮੰਨ ਲਓ ਤੁਸੀਂ ਅਮਰੂਦ ਲੈ ਕੇ ਆਏ ਉਹਨਾਂ ਵਿੱਚ ਕੀੜੇ ਨਿਕਲੇ, ਜਾਂ ਤਾਂ ਤੁਸੀਂ ਅਮਰੂਦ ਸੁੱਟੋਗੇ ਜਾਂ ਆਪਦੇ ਕੋਲ ਰੱਖੋਗੇ। ਜੇ ਇੱਦਾਂ ਹੀ ਤੁਸੀਂ ਮੱਝ ਲੈ ਕੇ ਆਏ ਹੋ ਜੇ ਉਹ ਮਾੜੀ ਨਿਕਲੀ, ਜਾਂ ਤਾਂ ਤੁਸੀਂ ਉਹਨੂੰ ਵਾਪਸ ਦਿਓ ਜਿੱਥੋਂ ਲੈ ਕੇ ਆਏ ਹੋ, ਅਤੇ ਜਾਂ ਖੁਦ ਰੱਖ ਲਓ। ਜੱਜ ਸਾਹਿਬ ਜਿਸ ਦਿਨ ਮੈਂ ਮੱਝ ਲੈਣ ਗਿਆ ਮੈਂ ਉਹਨਾਂ ਨੂੰ ਪੁੱਛਿਆ ਵੀ ਦੁੱਧ ਦਾ ਕੀ ਹਿਸਾਬ ਵਾ, ਮੈਨੂੰ ਕਹਿੰਦੇ 12 ਲੀਟਰ, ਮੈਂ ਕਿਹਾ ਚਲੋ ਦਿੰਦੇ ਹੋਗੀ, ਅਤੇ ਮੈਂ ਜਦੋਂ ਘਰ ਲੈ ਗਿਆ ਉਹ ਪਤਾ ਲੱਗਿਆ ਵੀ ਉਹਨੂੰ ਜਿੰਦਾ ਰੱਖਣ ਵਾਸਤੇ 12 ਲੀਟਰ ਰੋਜ਼ ਪਲਾਉਣਾ ਪੈਂਦਾ ਆ। ਹੁਣ ਦੱਸੋ ਮੈਂ ਉਹਨਾਂ ਕੋਲੋਂ ਲੈ ਕੇ ਜਿਹੜੀ ਮੱਝ ਹੈਗੀ ਆ ਉਹ ਵਾਪਸ ਚਲਾ ਗਿਆ, ਜਦੋਂ ਵਾਪਸ ਲੈ ਕੇ ਗਿਆ ਅਤੇ ਉਹ ਅੱਗੇ ਜਿਹੜਾ ਬੰਦਾ ਸੀਗਾ ਉਹ ਮਰ ਗਿਆ। ਹੁਣ ਦੱਸੋ ਮੈਂ ਕਿੱਥੇ ਜਾਵਾਂ? ਚਲੋ ਕੇਸ ਆਪਣੀ ਜਗ੍ਹਾ, ਇੱਕ ਗੱਲ ਮੈਨੂੰ ਦੱਸੋ ਤੁਸੀਂ ਦੁੱਧ ਵਿੱਚ ਪਾਣੀ ਮਿਕਸ ਕਰਦੇ ਹੋ? ਇਹਦੇ ਜੀ ਡਾਕਟਰ ਕਹਿੰਦੇ ਆ ਜੀ। ਡਾਕਟਰ? ਆ ਹੁਣ ਡਾਕਟਰ ਕਿਉਂ ਕਹਿੰਦੇ ਆ ਬਈ? ਨਹੀਂ ਡਾਕਟਰ ਇਹ ਨਹੀਂ ਕਹਿੰਦੇ ਵੀ ਪਾਣੀ ਦੁੱਧ 'ਚ ਮਿਕਸ ਕਰੋ, ਡਾਕਟਰ ਇਹ ਕਹਿੰਦੇ ਹੁੰਦੇ ਆ ਵੀ ਜਿੱਦਾਂ ਪਾਣੀ ਗਰਮ ਕਰਕੇ ਪੀਓ, ਦੁੱਧ ਗਰਮ ਕਰਕੇ ਪੀਓ, ਮੈਂ ਦੋਨੇ ਇਕੱਠੇ ਕਰਤੇ, ਗਰਮ ਕਰਕੇ ਪੀਓ ਨਾਲੇ ਲੋਕਾਂ ਦਾ ਟਾਈਮ ਬਚੂਗਾ ਜੀ। ਆਰਡਰ ਆਰਡਰ। ਬਈ ਤੈਨੂੰ ਬੜਾ ਐਕਸਪੀਰੀਅੰਸ ਹੈ ਦੁੱਧ ਬਾਰੇ। ਐਕਸਪੀਰੀਅੰਸ ਹੋਣਾ ਜੀ, ਅਸੀਂ ਜਦੀ ਪੁਸ਼ਤੀ ਦੁੱਧ ਵੇਚਦੇ ਰਹੇ ਹਾਂ ਜੀ। ਮੇਰਾ ਜਿਹੜਾ ਪੜਦਾਦਾ ਹੈ ਨਾ ਜੀ ਉਹਨੇ ਪਹਿਲੀ ਵਾਰੀ ਘਿਓ ਕੱਢਿਆ ਸੀ, ਫਿਰ ਉਹਨੂੰ ਖਾ ਕੇ ਮੇਰੇ ਦਾਦੇ ਨੇ ਮੇਰਾ ਪਿਓ ਕੱਢਿਆ ਸੀ। ਆਰਡਰ ਆਰਡਰ। ਜੱਜ ਸਾਹਿਬ ਇਹ ਦੁੱਧ 'ਚੋਂ ਕਰੀਮ ਪ੍ਰੋਟੀਨ ਸਭ ਕੁਛ ਤਾਂ ਕੱਢ ਲੈਂਦੇ ਆ, ਫਿਰ ਉਹਦੇ 'ਚ ਬਚੇਗਾ ਹੀ ਕੀ? ਜੱਜ ਸਾਹਿਬ ਇਹ ਤਾਂ ਗੱਲਾਂ ਹੀ ਹੁੰਦੀਆਂ ਜੀ, ਕਰੀਮ ਕਰੂਮ ਕੋਈ ਨਹੀਂ ਹੁੰਦੀ। ਦੇਖੋ ਜੀ ਅਸੀਂ ਮੂੰਹ 'ਤੇ ਕਰੀਮ ਲਾਉਂਦੇ ਹਾਂ, ਅਸੀਂ ਫਿਰ ਜਾ ਕੇ ਗੋਰੇ ਹੁੰਦੇ ਹਾਂ, ਮੱਝ ਦੇ ਜੇ ਵਿੱਚ ਹੀ ਕਰੀਮ ਹੁੰਦੀ ਆ ਤਾਂ ਫਿਰ ਉਹ ਤਾਂ ਗੋਰੀ ਹੋਣੀ ਚਾਹੀਦੀ ਹੈ ਨਾ, ਕਾਲੀ ਕਦੋਂ ਹੁੰਦੀ? ਚਿਹਰਿਆਂ 'ਚ ਮੇਲੇ ਲੱਗਦੇ।